ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਦੋਸਤੋ, ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਕਿ ਦਿਵਾਲੀ ਆਪ ਸਭ ਦੀ ਕਿਵੇਂ ਰਹੀ? ਉਮੀਦ ਕਰਦੇ ਹਾਂ ਠੀਕ ਠਾਕ ਰਹੀ ਹੋਵੇਗੀ, ਔਰ ਜੋ ਮਾਨਯੋਗ ਹਾਈਕੋਰਟ ਦਾ ਆਰਡਰ ਸੀ ਉਸ ਦਾਇਰੇ 'ਚ ਰਹਿ ਕੇ ਹੀ ਤੁਸੀਂ ਪਟਾਕਿਆਂ ਦਾ ਇਸਤੇਮਾਲ ਕੀਤਾ ਹੋਵੇਗਾ। ਮੈਨੂੰ ਪਤਾ ਤੁਸੀਂ ਬਹੁਤ ਹੀ ਇਸ ਗੱਲ ਨੂੰ ਲੈ ਕੇ ਪੰਕਚੁਐਲਿਟੀ ਹੈ ਤੁਹਾਡੇ ਵਿੱਚ ਸੀਰੀਅਸਨੈਸ ਹੈ, ਕਿਉਂਕਿ ਤੁਸੀਂ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ ਦਾ ਬਹੁਤ ਸਤਿਕਾਰ ਕਰ ਦਿਓ ਜੋ ਵੀ ਉਹਨਾਂ ਦੇ ਸਾਨੂੰ ਹੁਕਮ ਆਉਂਦੇ ਨੇ। ਅਤੇ ਦੋਸਤੋ, ਵੱਧਦੇ ਹਾਂ ਜੀ ਖਬਰ ਵੱਲ। ਖਬਰ ਲੈਂਦੇ ਹਾਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਿਹੜੇ ਕਾਰਜਕਾਰੀ ਜਥੇਦਾਰ ਲਗਾਏ ਗਏ ਨੇ, ਜਥੇਦਾਰ ਹਰਪ੍ਰੀਤ ਸਿੰਘ, ਔਰ ਉਹਨਾਂ ਨੇ ਪਹਿਲੀ ਵਾਰ ਜਦੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਾ ਸੀ ਤਾਂ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਮੈਂ ਕੁਝ ਤਸਵੀਰਾਂ ਵਿਰੋਧ ਦੀਆਂ ਦਿਖਾਉਣ ਜਾ ਰਿਹਾ, ਔਰ ਜਿਸ ਦੇ ਵਿੱਚ ਬਕਾਇਦਾ ਤੌਰ 'ਤੇ ਬਰਗਾੜੀ ਦੀ ਗੱਲ ਕਰ ਰਹੇ ਨੇ ਉਹ ਜੋ ਪ੍ਰਦਰਸ਼ਨਕਾਰੀਏ ਨੇ, ਔਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਮ ਦੇ ਜੈਕਾਰੇ ਲੱਗ ਰਹੇ ਨੇ, ਔਰ ਪਹਿਲਾਂ ਵੇਖੋ ਕੁਝ ਵਿਰੋਧ ਦੀਆਂ ਤਸਵੀਰਾਂ। ਔਰ ਦੋਸਤੋ, ਮੈਂ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਉਹ ਪੂਰੇ ਦਾ ਪੂਰਾ ਸੁਨੇਹਾ ਜਿਹੜਾ ਉਹਨਾਂ ਨੇ ਸਿੱਖ ਕੌਮ ਦੇ ਨਾਮ ਦਿੱਤਾ ਹੈ ਉਹ ਵੀ ਸੁਨੇਹਾ ਤੁਹਾਨੂੰ ਸੁਣਾਉਣਾ ਚਾਹੁੰਦਾ। ਉਸ ਸੁਨੇਹੇ ਵਿੱਚ ਉਹਨਾਂ ਨੇ 84 ਦੀ ਗੱਲ ਕੀਤੀ ਹੈ, ਉਸ ਸੁਨੇਹੇ ਦੇ ਵਿੱਚ ਬਰਗਾੜੀ ਦੀ ਗੱਲ ਕੀਤੀ ਹੈ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਇਸ ਦੇ ਵਿੱਚ ਲਿਪਤ ਨੇ, ਔਰ ਉਹਨਾਂ ਨੇ ਉਹ ਵੀ ਗੱਲ ਕੀਤੀ ਹੈ ਕਿ ਜਿਨ੍ਹਾਂ ਸਿੱਖਾਂ ਦੀਆਂ ਮਤਲਬ ਸਜ਼ਾਵਾਂ, ਸਿੱਖ ਵੀਰਾਂ ਦੀਆਂ ਸਜ਼ਾਵਾਂ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ 'ਚੋਂ ਰਿਹਾਅ ਕੀਤਾ ਜਾਵੇ। ਸੁਣੋ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਪੂਰਾ ਕੌਮ ਦੇ ਨਾਮ ਸੰਦੇਸ਼। ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਅੱਜ ਦਾ ਮਹਾਨ ਦਿਹਾੜਾ ਸਾਨੂੰ ਆਪਣੇ ਇਤਿਹਾਸ ਦੀ ਯਾਦ ਦਿਵਾਉਂਦਾ ਹੈ। ਇਸ ਦਿਨ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿੰਦੁਸਤਾਨ ਦੀਆਂ 52 ਰਿਆਸਤਾਂ ਦੇ ਮੁਖੀਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾ ਕੇ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਨਵੇਕਲਾ ਅਧਿਆਇ ਸਥਾਪਿਤ ਕੀਤਾ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੰਦੀ ਛੋੜਦਾਤਾ ਕਿਹਾ ਜਾਂਦਾ ਹੈ, ਅਤੇ ਖਾਲਸਾ ਪੰਥ ਇਸ ਪਾਵਨ ਦਿਹਾੜੇ ਨੂੰ ਸਦੀਆਂ ਤੋਂ ਬੰਦੀ ਛੋੜ ਦਿਵਸ ਦੇ ਰੂਪ ਦੇ ਤੌਰ 'ਤੇ ਮਨਾਉਂਦਾ ਆ ਰਿਹਾ ਹੈ। ਸਿੱਖ ਕੌਮ ਨੂੰ ਮਾਣ ਹੈ ਕਿ ਇਸ ਨੇ ਆਪਣੀ ਨਿਰਮਲ ਵਿਚਾਰਧਾਰਾ ਕਰਕੇ ਵਿਲੱਖਣ ਹੋਂਦ ਹਸਤੀ ਅਤੇ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ। ਅੱਜ ਇਸ ਨਿਰਮਲ ਪੰਥ ਸੰਸਾਰ ਭਰ ਵਿੱਚ ਸਿੱਖੀ ਦੀ ਖੁਸ਼ਬੋਈ ਨੂੰ ਬਖੇਰ ਰਹੇ ਹਨ। ਜਾਗਰਤ ਅਤੇ ਗੈਰਤਮੰਦ ਕੌਮਾਂ ਹਰ ਯੁੱਗ ਵਿੱਚ ਅੰਦਰੂਨੀ ਅਤੇ ਬਾਹਰੀ ਸਮੱਸਿਆਵਾਂ ਨਾਲ ਜੂਝਦੀਆਂ ਹਨ। ਸਰਬੱਤ ਦਾ ਭਲਾ ਅਤੇ ਚੜ੍ਹਦੀ ਕਲਾ ਦੀ ਮੰਗ ਸਾਡੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਹੈ। ਖਾਲਸਾ ਪੰਥ
ਆਪਣੀ ਹੋਂਦ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਗੁਰਮਤਿ ਸਿਧਾਂਤ ਅਤੇ ਆਪਣੀ ਵਿਲੱਖਣ ਪਹਿਚਾਣ ਸਦਕਾ ਅਨੇਕਾਂ ਵਿਖੜੇ ਪੈਂਡਿਆਂ ਨੂੰ ਤੈਅ ਕਰਨਾ ਪਿਆ। ਵਕਤ ਦੀ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰੂ ਧਾਮਾਂ 'ਤੇ ਕੀਤਾ ਹਮਲਾ, ਅਣਗਿਣਤ ਜਾਨੀ ਅਤੇ ਮਾਲੀ ਨੁਕਸਾਨ, ਸਿੱਖ ਰੈਫਰੈਂਸ ਲਾਇਬ੍ਰੇਰੀ ਪੰਥ ਦੇ ਕੀਮਤੀ ਦਸਤਾਵੇਜ਼ਾਂ ਦੀ ਲੁੱਟ, ਸੋਚੀ ਸਮਝੀ ਸਾਜਿਸ਼ ਅਧੀਨ ਨਵੰਬਰ 1984 'ਚ ਸਿੱਖਾਂ ਦੀ ਨਸਲ ਕੁਸ਼ੀ ਲਈ ਸਿੱਖ ਨੌਜਵਾਨੀ ਦਾ ਬੇਰਹਿਮੀ ਨਾਲ ਕੀਤਾ ਕਤਲੇਆਮ ਕਦੇ ਨਾ ਭੁੱਲਣ ਵਾਲਾ ਨਾਸੂਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ, ਜੇਲ੍ਹਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣਾ। ਬਿਲਕੁਲ ਜੀ ਬਿਲਕੁਲ, ਵਿਰੋਧ ਜਿਹੜਾ ਹੋਇਆ ਉਸ ਤੋਂ, ਮਤਲਬ ਇਸ ਤੋਂ ਪਹਿਲਾਂ ਜੇ ਆਪਾਂ ਗਿਆਨੀ ਗੁਰਬਚਨ ਸਿੰਘ ਜੀ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਵਾਰ ਇਸ ਵਿਰੋਧ ਦਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ, ਅਤੇ ਹੁਣ ਨਵੇਂ ਕਾਰਜਕਾਰੀ ਜਿਹੜੇ ਜਥੇਦਾਰ ਸਾਹਿਬ ਚੁਣੇ ਗਏ ਨੇ ਉਹਨਾਂ ਨੂੰ ਤਾਂ ਪਹਿਲੇ ਦਿਨ ਹੀ ਉਹਨਾਂ ਨੇ ਸੰਦੇਸ਼ ਜਾਰੀ ਕਰਨਾ ਸੀ ਔਰ ਉਸੇ ਸਮੇਂ ਹੀ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।